कश्मीर की वादियां यहां स्वर्ग का नजारा देती हैं, वहीं कश्मीर के सेब की मिठास भी लोगों के दिलों में छाई हुई है। लेकिन यहां से मिठास पंजाब के व्यापारियों के लिए खटास बनकर सामने आ रही है। दरअसल पिछले सप्ताह पंजाब के अबोहर के दो सेब व्यापारियों की हत्या कर दी गई। ये व्यापारी पिछले करीब 11 सालों से वहां सेब खरीदने जा रहे थे, लेकिन इस बार वे आतंकियों की गोलियों का शिकार बन गए। बात यही खत्म नहीं हुई। दो दिन पहले कश्मीर से आए सेब पर पाकिस्तान के हक में नारे लिखे मिले, जिसके बाद पंजाब के सेब व्यापारियों के पसीने छूट गए, क्योंकि उनको डर है कि कहीं सेब की पेटी में पता नहीं क्या आ जाए। ब्यूरो फिर अचानक न्यूज जलंधर। काफी असर पै रहा भाजी, जो कोई इदा घटना घटती है तो पंजाब के अपने जलंधर के सारे अपने पंजाब के असर हों, जिन्हें व्यापारी आ जिन्हें आड़ती आ उन्होंने मन च डर तो पैंता ही आ, कोई उधर जा के नहीं खुश। जे असी आप जाने तो उत्थे जा के मौके के उत्ते सौदा खरीदते हैं सेब, हूँ सानू इतों टैलीफोन से मंगा पैंता, डर का कोई जाता नहीं, वह फर्क तो पैंता ही है जी। डर कि डर इदा का लगता जी, उत्थे कोई सेफ्टी है नहीं किसी बंदे की, उत्थे कोई भी बंदा जाता आ पहलो अपनी जान चाहिए बंदे नू कम ते बाद दे विच, उत्थे कोई यकीन नहीं कदों किसी नू किसी ने मार देना। इसका कारोबार ते की असर पिया? काफ़ी असर पिया कारोबार ते। किस टाइप दा पिया? एक तो सानू जिहड़ा सेब आ अगे ही उत्थे जाके साडे जिहदा आड़ती आ ये देख के आप गड्डी गुड्डी खरीद लेंदे सी, हुण असीं सेब उन्हां दा वेच रहे हैं, इत्थे उन्हां दा सेब आ, ਉਹਦਾ ਫਰਕ ਤਾਂ ਪੈਂਦਾ ਹੀ। ਅੱਛਾ, ਇਸ ਤੋਂ ਇਲਾਵਾ ਇੱਕ ਹੋਰ ਇਸ ਤੋਂ ਬਾਅਦ ਇੱਕ ਘਟਨਾ ਵਾਪਰੀ, ਉੱਤੇ ਲਿਖਿਆ ਆ ਰਿਹਾ ਪਾਕਿਸਤਾਨ ਦੇ ਨਾਮ ਨੂੰ ਲੈ ਕੇ, ਇਹਦਾ ਵੀ ਕੋਈ ਅਸਰ ਪੈ ਰਿਹਾ? ਇਹਦਾ ਵੀ ਅਸਰ ਤਾਂ ਪੈ ਰਿਹਾ ਆ, ਸਾਨੂੰ ਥੋੜ੍ਹਾ ਜਿਹਾ ਡਰ ਤਾਂ ਲੱਗਦਾ ਹੀ ਆ ਵੀ ਇਹ ਕਿਉਂ ਲਿਖਿਆ ਆ, ਕਿੱਦਾਂ ਆਇਆ, ਉਹਦਾ ਅਸਰ ਤਾਂ ਪੈਂਦਾ ਹੀ ਆ, ਬੰਦਾ ਡਰਦਾ ਹੈ ਕਿਉਂ ਲਿਖਿਆ ਆ, ਪਰ ਇਹ ਸਮਝ ਨਹੀਂ ਆਈ ਹੈ ਵੀ ਕੋਈ ਕਿੱਦਾਂ ਹੋ ਰਿਹਾ, ਕੋਈ ਸਮਝ ਨਹੀਂ ਆਇਆ, ਇਹਦਾ ਡਰ ਤਾਂ ਲੱਗਦਾ ਹੀ ਹੈ ਜੀ। ਕੀ ਡਰ ਹੈ ਤੁਹਾਡੇ ਕੋਲ? ਡਰ ਇਹ ਹੈ ਵੀ ਕਿਤੇ ਕੋਈ ਅੱਤਵਾਦ ਦਾ ਡਰ ਹੀ ਹੈ ਜੀ, ਕੋਈ ਅੱਤਵਾਦ ਦਾ ਉੱਧਰੋਂ ਬੰਦੇ ਆਣ ਕੇ ਕੋਈ ਇੱਦਾਂ ਦੀ ਹਰਕਤ ਨਾ ਕਰ ਦੇਣ, ਜਾਂ ਸਾਡੇ ਹੁਣ ਜਲੰਧਰ ਮੰਡੀ ਦੇ ਵਿੱਚ ਗੇਟ ਦੇ ਉੱਤੇ ਸਾਰੀ ਉੱਥੇ ਹੀ ਮੇਨ ਦਫ਼ਤਰ ਦੇ ਉੱਤੇ DMO ਸਾਹਿਬ ਨੇ ਬੰਦੇ ਲਾਏ ਨੇ, ਕੋਈ ਸਾਡੀ ਪੁਲਿਸ ਲੱਗੀ ਆ ਉਹ ਆਣ ਕੇ ਚੈਕਿੰਗ ਚੁਕਿੰਗ ਕਰਦੀ ਆ, ਸਾਨੂੰ ਫੋਨ ਵੀ ਆਇਆ ਵੀ ਇਹ ਕਿਤੇ ਤੁਹਾਡੇ ਸੇਬ ਲਿਖਿਆ ਆਇਆ ਤਾਂ ਨਹੀਂ, ਹਜੇ ਤੱਕ ਕੋਈ ਨਹੀਂ ਆਇਆ। ਅੱਛਾ, ਕਾਰੋਬਾਰ ਦੀ ਗੱਲ ਕੀਤੀ ਜਾਵੇ, ਜਿਵੇਂ ਪਹਿਲਾਂ ਵੀ ਸਵਾਲ ਕਿਹਾ, ਦੋਨਾਂ ਚੀਜ਼ਾਂ ਦਾ ਅਸਰ ਰੇਟ ਘਟਿਆ ਵਧਿਆ, ਮਾਲ ਜ਼ਿਆਦਾ ਆਇਆ ਜਾਂ ਕੁਛ ਇੱਦਾਂ ਦਾ? ਮਾਲ ਥੋੜ੍ਹਾ ਜਿਹਾ ਸਾਡੇ ਜ਼ਿਆਦਾ ਆਇਆ, ਅੱਗੇ ਇਸ ਸੀਜ਼ਨ ਇਸ ਮਹੀਨੇ ਦੇ ਵਿੱਚ ਮਾਲ ਇੰਨਾ ਨਹੀਂ ਆਉਂਦਾ, ਐਤਕੀ ਜ਼ਿਆਦਾ ਆਇਆ, ਬਾਕੀ ਗਾਹਕ ਵੀ ਕਾਫ਼ੀ ਆ ਅੱਗੇ, ਗਾਹਕ ਜਿਹੜਾ ਬਾਹਰੋਂ ਜਿੱਦਾਂ ਯੂਪੀ ਬਿਹਾਰ ਦਾ ਗਾਹਕ ਉੱਥੇ ਜੰਮੂ ਕਸ਼ਮੀਰ ਚਲੇ ਜਾਂਦਾ ਸੀ, ਉੱਥੇ ਡਰਦਾ ਜਾਂਦਾ ਨਹੀਂ, ਹੁਣ ਸਾਡੇ ਤੋਂ ਆਉਂਦਾ ਇੱਥੇ, ਇੱਥੋਂ ਮਾਲ ਭਰ ਕੇ ਲੈ ਜਾਂਦਾ। ਮਤਲਬ ਹੁਣ ਤੁਹਾਨੂੰ ਇਸ ਦਾ ਫਾਇਦਾ ਵੀ ਹੋਊਗਾ? ਸਾਨੂੰ ਫਾਇਦਾ ਹੈਗਾ। ਕਿਸ ਤਰ੍ਹਾਂ ਦਾ ਫਾਇਦਾ, ਕਿਹੜੀ ਕਿਹੜੀ ਸਟੇਟਾਂ 'ਚੋਂ ਆ ਰਿਹਾ? ਸਾਡੇ ਆਪਣੇ ਬਿਹਾਰ 'ਚੋਂ ਆ ਰਿਹਾ, ਯੂਪੀ ਰਾਜਸਥਾਨ ਸਾਰੇ ਤੋਂ ਆ ਰਿਹਾ, ਪੰਜਾਬ ਦਾ ਵੀ। ਦੇਖੋ ਜੀ, ਸੇਬ ਦਾ ਅਸਰ ਤਾਂ ਇਹ ਪੈ ਰਿਹਾ ਕਿ ਮਾਰਕੀਟ 'ਚ ਸੇਬ ਜ਼ਿਆਦਾ ਆ ਰਿਹਾ, ਜਿਹੜਾ ਉਹਨਾਂ ਨੇ ਪਹਿਲੇ ਰੋਕਿਆ ਹੋਇਆ ਸੀਗਾ ਉਹਨਾਂ ਨੇ ਹੁਣ ਬਾਹਰ ਕੱਢਿਆ, ਉਹ ਮਾਲ ਖਰਾਬ ਵੀ ਆ ਰਹੇ, ਮਾਲ ਵਧੀਆ ਵੀ ਆ ਰਹੇ ਆ, ਸਾਨੂੰ ਸਾਡੇ ਕੋਲ ਮਾਲ ਜ਼ਿਆਦਾ ਇੱਥੇ ਆ ਰਹੇ ਆ, ਔਰ ਗਾਹਕ ਵੀ ਆ ਗਏ ਨੇ ਕਿਉਂਕਿ ਉੱਥੇ ਦਹਿਸ਼ਤ ਪੈ ਗਈ ਉਹਨਾਂ ਦੀ, ਆਤੰਕਵਾਦੀਆਂ ਦੀ ਦਹਿਸ਼ਤ ਪੈ ਗਈ ਹੈ, ਜੋ ਵੀ ਉਹਨਾਂ ਦਾ ਉੱਥੇ ਹੋ ਰਿਹਾ, ਪਰ ਉਹ ਜੋ ਵੀ ਕਰ ਰਹੇ ਆ ਗਲਤ ਕਰ ਰਹੇ ਨੇ, ਉਹਨਾਂ ਦਾ ਸੇਬ ਗੌਰਮੈਂਟ ਖਰੀਦ ਰਹੀ ਹੈ ਅਤੇ ਉਸ ਤੋਂ ਇਲਾਵਾ ਫਿਰ ਵੀ ਉਹ ਦਹਿਸ਼ਤ ਕਰਨ ਅਤੇ ਗਲਤ ਗੱਲ ਆ, ਗੌਰਮੈਂਟ ਉਹਨਾਂ ਦਾ ਪੂਰਾ ਸਾਥ ਦੇ ਰਹੀ ਹੈ। ਤੁਸੀਂ ਵਪਾਰੀ ਹੋਣ ਦੇ ਨਾਤੇ ਤੁਹਾਨੂੰ ਕਿੱਦਾਂ ਦਾ ਇਸ ਟਾਈਮ ਮੁਸ਼ਕਿਲ ਦਾ ਸਾਹਮਣਾ? ਮੁਸ਼ਕਿਲ ਦੇਖੋ ਸਾਹਮਣਾ ਦਾ, ਹੁਣ ਮਾਲ ਵੀ ਡੈਮੇਜ ਆਉਂਦੇ ਪਏ ਨੇ, ਮਾਲ ਵਧੀਆ ਵੀ ਆ ਰਹੇ, ਡੈਮੇਜ ਵੀ ਆ ਰਹੇ, ਸਾਰੇ ਮਿਕਸ ਆ ਰਹੇ ਨੇ, ਹੁਣ ਇੱਥੇ ਮਾਹੌਲ ਇਹ ਬਣਿਆ ਕਿ ਜੇ ਇੱਥੇ ਕਸਟਮਰ ਨਹੀਂ ਹੁੰਦਾ ਬਾਹਰਲਾ ਤਾਂ ਮਾ ਸੇਬ ਇੱਥੇ ਵੀ ਨਹੀਂ ਵਿਕਣਾ ਸੀ, ਉਹਨਾਂ ਦੀ ਦਹਿਸ਼ਤ ਦੀ ਵਜ੍ਹਾ ਨਾਲ ਸਾਡੇ ਪੰਜਾਬ ਦੀਆਂ ਮੰਡੀਆਂ 'ਚ, ਹਰਿਆਣੇ ਦੀਆਂ ਮੰਡੀਆਂ 'ਚ, ਜਿਹੜੇ ਸਾਡੇ ਪੰਜਾਬ ਦੇ ਨੇੜੇ ਤੇੜੇ ਹਰਿਆਣਾ, ਪੰਜਾਬ, ਦਿੱਲੀ, ਇੱਧਰ ਕਸਟਮਰ ਜ਼ਿਆਦਾ ਪਿਆ ਰਿਹਾ, ਬਿਹਾਰ, ਯੂਪੀ, ਆਲ ਓਵਰ, ਦੇਖੋ ਆਲ ਓਵਰ ਇੰਡੀਆ ਖਾਣ ਵਾਲਾ ਹੈ ਸੇਬ। ਜਿਹੜਾ ਆਤੰਕਵਾਦ ਦਾ ਲਿਖਿਆ ਆ ਰਿਹਾ ਉਹਦਾ ਡਰ ਕਿੰਨਾ? ਦੇਖੋ ਜੀ, ਡਰ ਤਾਂ ਹਰ ਇੱਕ ਨੂੰ ਹੈ, ਸਾਨੂੰ ਵੀ ਹੈ, ਤੁਹਾਨੂੰ ਵੀ ਹੈ, ਹਰ ਇੱਕ ਬੰਦੇ ਨੂੰ ਡਰ ਹੈ। ਕੀ ਡਰ? ਡਰ ਇਹੀ ਹੈ ਕਿ ਜਿੱਦਾਂ ਉੱਥੇ ਹੋ ਰਿਹਾ ਸਾਡੇ ਨਾਲ ਇੱਥੇ ਨਾ ਹੋ ਜਾਣ। ਕੀ ਕੋਈ ਚੀਜ਼ ਆ ਕੇ? ਹਾਂਜੀ, ਸੇਬ ਦੇ ਵਿੱਚੋਂ ਕੁਛ ਨਿਕਲਣ ਦੇ ਡਰ? ਦੇਖੋ ਪਿਛਲੇ ਸਾਲ ਇੱਦਾਂ ਦੇ ਹਰਕਤਾਂ ਹੋਈਆਂ, ਹੁਣ ਦਾ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਹੁਣ ਉੱਥੇ ਸਾਰੇ ਸਰਕਾਰਾਂ ਨੇ ਸਖਤੀ ਕੀਤੀ ਹੋਈ ਹੈ, ਪਿਛਲੇ ਸਾਲ ਤਾਂ ਇੱਦਾਂ ਦੀਆਂ ਹਰਕਤਾਂ ਉਹਨਾਂ ਨੇ ਕੀਤੀਆਂ, ਪਰ ਫਿਰ ਵੀ ਇੱਥੇ ਸਰਕਾਰਾਂ ਨੇ ਬਚਾਇਆ। ਅੱਛਾ, ਕੋਈ ਚੈਕਿੰਗ ਵੀ ਹੁੰਦੀ? ਹਾਂਜੀ ਹਾਂਜੀ, ਰਸਤੇ 'ਚ ਚੈਕਿੰਗ ਹੁੰਦੀ, ਜਿਹੜਾ ਉਹਨਾਂ ਨੂੰ ਡਾਊਟ ਪਵੇ ਉਹ ਇੱਥੇ ਵੀ ਆ ਕੇ ਗੱਡੀਆਂ ਚੈੱਕ ਕਰਦੇ ਨੇ, ਸਾਡੇ ਗੇਟ 'ਤੇ, ਸਾਡੀਆਂ ਗੱਡੀਆਂ 'ਤੇ, ਸਾਡੀਆਂ ਬਿਲਟੀਆਂ ਸਭ ਚੈੱਕ ਕਰਦੇ ਨੇ।